ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਕੀ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਖੁੱਲਣ ਜਾ ਰਹੇ ਨੇ? ਇਹ ਸਵਾਲ ਇਸ ਲਈ ਉੱਠਿਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਆਪਣੇ ਵਿਧਾਇਕਾਂ ਦੇ ਵੱਲੋਂ ਹੀ ਆਪਣੀ ਸਰਕਾਰ ਦੇ ਅੱਗੇ ਇਹ ਮੰਗ ਜ਼ੋਰਾਂ ਸ਼ੋਰਾਂ ਦੇ ਨਾਲ ਰੱਖੀ ਜਾਣ ਲੱਗ ਪਈ ਹੈ ਅਤੇ ਇੱਥੋਂ ਤੱਕ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮੰਗ ਰੱਖੀ ਜਾ ਰਹੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਪ ਵਿਧਾਇਕਾਂ ਦੇ ਵੱਲੋਂ ਆਪਣੀ ਹੀ ਸਰਕਾਰ ਨੂੰ ਇਹ ਸਵਾਲ ਪੁੱਛੇ ਜਾਣ ਲੱਗ ਪਏ ਨੇ ਕਿ ਪੋਸਟ ਦੇ ਠੇਕੇ ਪੰਜਾਬ ਦੇ ਵਿੱਚ ਕਦੋਂ ਕੁ ਖੋਲ੍ਹੇ ਜਾਣਗੇ। ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਬੀਤੇ ਦਿਨ ਇਹ ਸਵਾਲ ਆਪਣੀ ਹੀ ਸਰਕਾਰ ਨੂੰ ਪੁੱਛਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਨਸ਼ਿਆਂ ਨੂੰ ਲੈ ਕੇ, ਅਫੀਮ ਨੂੰ ਲੈ ਕੇ, ਪੋਸਟ ਦੇ ਠੇਕਿਆਂ ਨੂੰ ਲੈ ਕੇ ਭਖਦੀ ਦਿਖਾਈ ਦਿੰਦੀ ਹੈ। ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੀ ਸਰਕਾਰ ਤੋਂ ਪੁੱਛਿਆ ਕਿ ਕੀ ਪੰਜਾਬ ਦੇ ਵਿੱਚ ਪੋਸਟ ਦੇ ਠੇਕੇ ਖੋਲ੍ਹਣ ਦੀ ਕੋਈ ਤਜਵੀਜ਼ ਹੈ? ਜੇਕਰ ਹੈ ਤਾਂ ਕਿੰਨੀ ਕੁ ਦੇਰ ਤੱਕ ਇਹ ਠੇਕੇ ਪੰਜਾਬ ਦੇ ਵਿੱਚ ਖੋਲ੍ਹ ਦਿੱਤੇ ਜਾਣਗੇ? ਸਭ ਤੋਂ ਪਹਿਲਾਂ ਤੁਹਾਨੂੰ ਵਿਧਾਨ ਸਭਾ ਦਾ ਇਹ ਸਵਾਲ ਜਵਾਬ ਸੁਣਾ ਦਿੰਦੇ ਹਾਂ। ਪਹਿਲਾਂ ਪਠਾਨ ਮਾਜਰਾ ਦਾ ਸਵਾਲ ਸੁਣ ਲਓ। ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸਿੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ? ਜੇਕਰ ਰੱਖਦੀ ਹੈ ਤਾਂ ਕਦੋਂ ਤੱਕ? ਵਾਹ ਬਈ ਵਾਹ, ਸਰਦਾਰ ਹਰਮੀਤ ਸਿੰਘ ਖੁੱਡੀਆਂ ਅੱਧਾ ਆਪਣਾ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ। ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਸਵਾਲ ਆਪਣੀ ਹੀ ਸਰਕਾਰ ਤੋਂ ਪੁੱਛਿਆ ਗਿਆ ਤਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿੱਚੇ ਕਾਰਵਾਈ ਨੂੰ ਰੋਕ ਕੇ ਆਪਣੇ ਵੱਲੋਂ ਵੀ ਇੱਕ ਗੱਲ ਪੁੱਛੀ ਕਿ ਜਦੋਂ ਪੰਜਾਬ ਦੇ ਵਿੱਚ ਇਹ ਪੋਸਟ ਦੇ ਠੇਕੇ ਚੱਲਦੇ ਸਨ ਤਾਂ ਕੀ ਕਾਰਨ ਰਹੇ ਕਿ ਇਹਨਾਂ ਠੇਕਿਆਂ ਨੂੰ ਬੰਦ ਕਰਵਾ ਦਿੱਤਾ ਗਿਆ? ਕੁਲਤਾਰ ਸਿੰਘ ਸੰਧਵਾਂ ਦੇ ਵੱਲੋਂ ਵੀ ਇਸ ਦੇ ਵਿੱਚ ਖਾਸ ਦਿਲਚਸਪੀ ਦਿਖਾਈ ਗਈ। ਉਸ ਤੋਂ ਬਾਅਦ ਜਵਾਬ ਦੇਣ ਦੀ ਵਾਰੀ ਆਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ। ਹਾਲਾਂਕਿ ਉਹਨਾਂ ਨੇ ਅਫੀਮ ਨੂੰ ਲੈ ਕੇ ਹਾਮੀ ਭਰੀ ਕਿ ਮੈਨੂੰ ਵੀ ਲੋੜ ਹੁਣ ਪੈ ਸਕਦੀ ਹੈ, ਮੇਰੀ ਉਮਰ ਵੀ ਹੋ ਰਹੀ ਹੈ, ਪਰ ਅਜਿਹੀ ਕੋਈ ਵੀ ਤਜਵੀਜ਼ ਸਰਕਾਰ ਦੀ ਨਹੀਂ ਹੈ। ਕਿਵੇਂ ਆਪਣੇ ਹੀ ਵਿਧਾਇਕ ਨੂੰ ਜਵਾਬ ਦਿੱਤਾ ਖੇਤੀਬਾੜੀ ਮੰਤਰੀ ਨੇ, ਉਹ ਵੀ ਸੁਣ ਲਓ। ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਹੈ। ਅਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਅਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲ ਅਜੇ ਇਹੋ ਜਿਹੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ, ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ। ਠੀਕ ਹੈ, ਥੈਂਕ ਯੂ। ਗੁਰਮੀਤ ਸਿੰਘ ਖੁੱਡੀਆਂ ਦੇ ਇਸ ਜਵਾਬ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਉੱਠੇ ਅਤੇ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਆਖਿਆ ਕਿ ਜੇਕਰ ਆਪਣੀ ਸਰਕਾਰ ਦੀ ਇਹ ਕੋਈ ਤਜਵੀਜ਼ ਨਹੀਂ ਹੈ ਪੋਸਟ ਦੇ ਠੇਕੇ ਖੋਲ੍ਹਣ ਦੀ ਤਾਂ ਤਜਵੀਜ਼
ਬਣਾਓ, ਕਿਉਂਕਿ ਲਗਾਤਾਰ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਨੇ। ਹਰਮੀਤ ਸਿੰਘ ਪਠਾਨ ਮਾਜਰਾ ਨੇ ਤਾਂ ਅੰਕੜੇ ਦੱਸਣੇ ਸ਼ੁਰੂ ਕਰ ਦਿੱਤੇ ਪਿਛਲੇ ਮਹੀਨਿਆਂ ਦੇ, ਕਿ ਇਸ ਮਹੀਨੇ ਇੰਨੇ ਮਰ ਗਏ, ਇਸ ਮਹੀਨੇ ਇੰਨੇ ਮਰ ਗਏ। ਆਪਣੀ ਹੀ ਸਰਕਾਰ ਨੂੰ ਨਸ਼ੇ ਦੇ ਮੁੱਦੇ 'ਤੇ ਵਿਧਾਨ ਸਭਾ ਦੇ ਵਿੱਚ ਘੇਰਨ ਦਾ ਕੰਮ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਕੀਤਾ ਗਿਆ ਅਤੇ ਸਲਾਹ ਦਿੱਤੀ ਗਈ ਕਿ ਅਫੀਮ ਸਰਕਾਰੀ ਤੌਰ 'ਤੇ ਜ਼ਰੂਰ ਪੰਜਾਬ ਦੇ ਵਿੱਚ ਵਿਕਣੀ ਚਾਹੀਦੀ ਹੈ। ਪਠਾਨ ਮਾਜਰਾ ਨੇ ਇਹ ਮੰਗ ਰੱਖੀ। ਗੱਲ ਜੇਕਰ ਵਿਰੋਧੀ ਧਿਰਾਂ ਦੀ ਕੀਤੀ ਜਾਵੇ ਤਾਂ MLA ਕਾਂਗਰਸ ਪਾਰਟੀ ਦੇ ਜਲੰਧਰ ਕੈਂਟ ਤੋਂ MLA ਪ੍ਰਗਟ ਸਿੰਘ ਤੋਂ ਇਸ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਇਸ ਮਸਲੇ 'ਤੇ ਮਾਹਿਰਾਂ ਦੀ ਰਾਏ ਲੈਣੀ ਜ਼ਰੂਰੀ ਹੈ। ਨਹੀਂ ਦੇਖੋ, ਇੱਕ ਸੀਰੀਅਸ ਇਸ਼ੂ ਹੈ ਇਹਦੇ 'ਤੇ। ਮੈਨੂੰ ਲੱਗਦਾ ਬਹੁਤ ਸਾਨੂੰ ਵਿਦਵਾਨਾਂ ਦੀ, ਬਹੁਤ ਐਕਸਪਰਟਸ ਦੀ ਰਾਏ ਲੈ ਕੇ ਇਹਦੇ 'ਤੇ ਫਰਦਰ ਜਿਹੜਾ ਅੱਗੇ ਵਧਣਾ ਚਾਹੀਦਾ, ਕਿਉਂਕਿ ਉਹਨਾਂ ਦੇ ਵਿਧਾਇਕ ਨੇ ਤਾਂ ਇਹ ਖੁਦ ਹੀ ਮੰਨ ਲਿਆ ਵੀ, ਕਿਉਂਕਿ ਜਿਹੜੇ 4 ਮਹੀਨਿਆਂ 'ਚ ਕਹਿੰਦੇ ਸੀ ਵੀ ਅਸੀਂ ਨਸ਼ਾ ਬੰਦ ਕਰ ਦੇਵਾਂਗੇ, ਸਾਡੇ ਕੈਪਟਨ ਸਾਹਿਬ ਕਹਿੰਦੇ ਸੀਗੇ ਵੀ ਅਸੀਂ 4 ਹਫ਼ਤਿਆਂ 'ਚ ਬੰਦ ਕਰ ਦਾਂਗੇ, ਪਰ ਉਹ ਦਿਨ ਬਦਿਨ ਜਿਹੜਾ ਵੱਧ ਰਿਹਾ ਇਹਦੇ ਕੌਜ਼ ਲੱਭ ਕੇ ਸਾਨੂੰ ਜਿੱਥੇ ਜਿੱਥੇ ਵੀ ਜੋ ਕਰਨ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਇਟ ਇਜ਼ ਏ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ। ਇਹ ਸੋਸ਼ਲ ਪ੍ਰੋਬਲਮ ਵੀ ਆ ਕਿਉਂਕਿ ਐਗਰੈਸਿਵ ਪੰਜਾਬੀ ਹੈਗਾ ਔਰ ਉਹਦੇ ਨਾਲ ਇਹ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਵੀ ਹੈਗੀਆਂ। ਔਰ ਜਿੱਥੋਂ ਤੱਕ ਪੁਲਿਸ ਦੀ ਵਰਕਿੰਗ ਦਾ ਸਵਾਲ ਹੈ, ਪੁਲਿਸ ਦੇ ਵਿੱਚ ਜਿਹੜਾ ਥੱਲੜੇ ਲੈਵਲ 'ਤੇ ਖੁਦ ਜਿਹੜੇ ਆ ਪੁਲਿਸ ਮੁਲਾਜ਼ਮ ਜਿਹੜੇ ਉਹ ਕਾਫੀ ਨਸ਼ਾ ਕਰਨ ਲੱਗ ਪਏ ਆ, ਔਰ ਉਹਦੇ 'ਤੇ ਵੀ ਉਹਨਾਂ ਦੇ ਡੋਪ ਟੈਸਟ ਕਰਾ ਕੇ ਵੀ, ਕਿਉਂਕਿ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਊਗੀ ਤਾਂ ਮੈਨੂੰ ਲੱਗਦਾ ਕਿ ਉਹਦਾ ਸਾਡੇ ਸਮਾਜ ਦੇ ਉੱਤੇ ਬਹੁਤ ਮਾੜਾ ਅਸਰ ਹੋਊਗਾ, ਬਹੁਤ ਮਾੜੇ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਸਿੱਟੇ ਆਉਣਗੇ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਅਫੀਮ ਨੂੰ ਲੈ ਕੇ ਅਜਿਹੀ ਗਰਮਾਹਟ ਆਈ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਉਸ ਵੇਲੇ ਵੀ ਸਾਧੂ ਸਿੰਘ ਧਰਮਸੋਤ ਮੰਤਰੀ ਸਨ, ਉਹਨਾਂ ਦੇ ਵੱਲੋਂ ਵੀ ਇੱਕ ਅਜਿਹਾ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਚਰਚਾਵਾਂ ਚੱਲ ਪਈਆਂ ਸਨ ਕਿ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਖੋਲ੍ਹੇ ਜਾ ਸਕਦੇ ਹਨ, ਸਰਕਾਰੀ ਕਾਰਡ ਬਣਾਏ ਜਾ ਸਕਦੇ ਨੇ, ਜਿਨ੍ਹਾਂ ਕਾਰਡਾਂ 'ਤੇ ਪੋਸਤ ਭੁੱਕੀ ਅਤੇ ਅਫੀਮ ਆਦਿ ਮਿਲਿਆ ਕਰੇਗੀ। ਉਦੋਂ ਵੀ ਚਰਚਾਵਾਂ ਚੱਲ ਪਈਆਂ ਸਨ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੋਸਤ ਦੇ ਠੇਕੇ ਖੁੱਲ੍ਹਣੇ ਚਾਹੀਦੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੀ ਇਸ ਚਿੱਠੀ ਨੂੰ ਮਾਹਿਰਾਂ ਦੇ ਕੋਲ ਭੇਜ ਦਿੱਤਾ ਗਿਆ ਤਾਂ ਜੋ ਇਸ 'ਤੇ ਵਿਚਾਰ ਕੀਤਾ ਜਾ ਸਕੇ ਕਿ ਇਹ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਕਿ ਜਾਂ ਫਿਰ ਨਹੀਂ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਦਿਲਚਸਪੀ ਦਿਖਾਈ ਉਦੋਂ ਵੀ ਚਰਚਾ ਚੱਲ ਪਈ ਸੀ ਕਿ ਹੁਣ ਅਫੀਮ ਦੇ ਠੇਕੇ ਖੁੱਲ੍ਹ ਸਕਦੇ ਹਨ ਪੰਜਾਬ ਦੇ ਵਿੱਚ, ਪਰ ਉਸ ਤੋਂ ਬਾਅਦ ਮਾਹਿਰਾਂ ਨੇ ਕੀ ਆਖਿਆ, ਡਾਕਟਰ ਗਾਂਧੀ ਦੀ ਉਸ ਚਿੱਠੀ ਦਾ ਕੀ ਬਣਿਆ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ। ਡਾਕਟਰ ਨਵਜੋਤ ਕੌਰ ਸਿੱਧੂ ਉਹ ਵੀ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਹਾਂ ਅਫੀਮ ਪੰਜਾਬ ਦੇ ਵਿੱਚ ਸਰਕਾਰੀ ਤੌਰ 'ਤੇ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੇ ਸਿੰਥੈਟਿਕ ਨਸ਼ੇ ਹਨ ਇਹ ਸਿੱਧਾ ਜਾਨ 'ਤੇ ਵਾਰ ਕਰਦੇ ਨੇ, ਇਹਨਾਂ ਨਾਲ ਬੰਦਾ ਮਰ ਜਾਂਦਾ ਹੈ। ਪੋਸਤ ਖਾ ਕੇ, ਭੁੱਕੀ ਖਾ ਕੇ, ਅਫੀਮ ਖਾ ਕੇ ਕੋਈ ਬੰਦਾ ਮਰਦਾ ਨਹੀਂ ਹੈ, ਸਗੋਂ ਉਸਦੇ ਨਾਲ ਤਾਂ ਉਮਰ ਵੱਧਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਵੀ ਵੱਧਦੀ ਹੈ। ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਵੀ ਇਸ ਦੀ ਹਾਮੀ ਭਰੀ ਜਾਂਦੀ ਰਹੀ ਹੈ ਅਤੇ ਉਹ ਤਾਂ ਡਾਕਟਰ ਹੋਣ ਦੇ ਨਾਤੇ ਸਿੱਧੀ ਗੱਲ ਦੱਸਦੇ ਨੇ ਕਿ ਜੇਕਰ ਇਹ ਸਰਕਾਰੀ ਤੌਰ 'ਤੇ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਸਿੰਥੈਟਿਕ ਨਸ਼ੇ ਤੋਂ ਨਿਜਾਤ ਪਾਈ ਜਾ ਸਕਦੀ ਹੈ। ਹੁਣ ਸਾਰੀ ਗੱਲ ਟਿਕ ਗਈ ਹੈ
ਹੈ ਆਣ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ, ਕਿਉਂਕਿ ਪੰਜਾਬ ਸਰਕਾਰ ਦੇ ਆਪਣੇ ਹੀ ਵਿਧਾਇਕਾਂ ਦੇ ਵੱਲੋਂ ਇਹ ਮੰਗ ਕੀਤੀ ਜਾਣ ਲੱਗ ਪਈ ਹੈ। ਪਠਾਨ ਮਾਜਰਾ ਵੀ ਬੋਲੇ, ਆਪ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੀ ਬੋਲੇ, ਉਹਨਾਂ ਨੇ ਵੀ ਆਖਿਆ ਕਿ ਹਾਂ ਜ਼ਰੂਰ ਪੋਸਟ ਦੇ ਠੇਕੇ ਪੰਜਾਬ ਦੇ ਵਿੱਚ ਖੁੱਲ੍ਹਣੇ ਚਾਹੀਦੇ ਨੇ। ਰਾਏ ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਆਪਣੀ ਹੀ ਸਰਕਾਰ ਤੋਂ ਆਪ ਵਿਧਾਇਕਾਂ ਦੇ ਵੱਲੋਂ ਜੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਤੌਰ 'ਤੇ ਪੋਸਟ ਦੇ ਠੇਕੇ ਪੰਜਾਬ ਦੇ ਵਿੱਚ ਖੁੱਲ੍ਹਣੇ ਚਾਹੀਦੇ ਨੇ, ਕੀ ਤੁਸੀਂ ਆਪ ਵਿਧਾਇਕਾਂ ਦੀ ਇਸ ਮੰਗ ਦੇ ਨਾਲ ਸਹਿਮਤ ਹੋ? ਤੁਹਾਨੂੰ ਵੀ ਲੱਗਦਾ ਹੈ ਕਿ ਪੋਸਟ ਦੇ ਠੇਕੇ ਪੰਜਾਬ ਦੇ ਵਿੱਚ ਖੁੱਲ੍ਹਣੇ ਚਾਹੀਦੇ ਨੇ ਕਿ ਜਾਂ ਫਿਰ ਨਹੀਂ? ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।